ਸਾਡੇ ਹੁੰਦੇ ਆ ਜੇ ਹਜ਼ੂਰ ਦੇ ਬਾਰੇ ਕੋਈ ਗੱਲ ਕਰ ਬੈਠੇ, ਸਾਡੀਆਂ ਜ਼ਿੰਦਗੀਆਂ ਕਿਸ ਵਾਸਤੇ? ਸਾਨੂੰ ਮਾਰੋ, ਸਾਨੂੰ ਗਾਲਾਂ ਕੱਢੋ, ਸਾਡੇ ਪਿਓ ਨੂੰ ਕੱਢੋ, ਮਾਂ ਨੂੰ ਕੱਢੋ, ਸਾਡੀਆਂ ਇੱਜ਼ਤਾਂ ਉੱਤੇ ਗੱਲ ਕਰੋ, ਹਜ਼ੂਰ ਦੇ ਬਾਰੇ ਮੈਂ ਬਾਤ ਨਹੀਂ ਹੋਗੀ। ਇੱਥੇ ਤਾਂ ਸਾਰੇ ਕਹਿੰਦੇ ਅਸੀਂ ਵੀ ਆਸ਼ਕੇ ਰਸੂਲ ਆ। ਜਿਹਦੇ ਕੋਲ ਪੁੱਛੋ ਮੈਂ ਕਿਹਾ ਚੱਲਿਆ ਆਸ਼ਕੇ ਰਸੂਲ, ਦੱਸਿਆ ਨਹੀਂ ਜਾਂਦਾ, ਉਹ ਖੁਦ ਬੋਲ ਕੇ ਦੱਸਦਾ ਮੈਂ ਇਸ਼ਕਾ। ਮੈਂ ਕਿਸੇ ਸਾਹਬੀ ਨੇ ਵੀ ਦਾਅਵਾ ਨਹੀਂ ਕੀਤਾ ਮੈਂ ਆਸ਼ਕੇ ਰਸੂਲ, ਲੇਕਿਨ ਕੰਮ ਕਰਕੇ ਦੱਸਿਆ ਕਿ ਕੰਮ ਦੇ ਸਨ। ਕਹਿੰਦੇ ਨੇ ਇਹ ਤਾਂ ਮੁਹੰਮਦ ਅਰਬੀ ਦੇ ਸ਼ੇਰ ਆ। ਹਾਂਜੀ, ਉਹ ਤਾਂ ਸ਼ੇਰ ਆ ਗਏ। ਬਸ ਬਈ ਬਸ ਬਈ ਬਸ ਬਸ, ਸਮੁੰਦਰਾਂ ਵਿੱਚ ਵੀ ਘੋੜੇ ਸੁੱਟ ਦਿੱਤੇ। ਹਾਂਜੀ, ਦਰਿਆਵਾਂ ਨੂੰ ਵੀ ਕਿਹਾ ਸਿੱਧਾ ਹੋਏ ਅਸੀਂ ਪਾਰ ਜਾਣਾ ਰਾਹ ਦੇ। ਦਰਿਆ ਗਜਰਾਂ ਨੂੰ ਹਜ਼ਰਤ ਸਾਹਿਬ ਕਿਹਾ ਨਹੀਂ ਅਸੀਂ ਪਾਰ ਜਾਣਾ ਰਾਹ ਦੇ? ਦਰਿਆ ਨੇ ਕੀ ਕਿਹਾ ਮੈਂ ਗੱਲਾਂ ਨਹੀਂ ਸੁਣਦਾ ਹਜ਼ੂਰ। ਦਰਿਆ ਲੰਮਾ ਪੈ ਗਿਆ, ਮੈਂ ਲੰਮਾ ਪੈਣ ਦੀ ਤਸ਼ਰੀਹ ਵੀ ਕਰਾਂਗਾ। ਲੰਮਾ ਪੈ ਗਿਆ ਦਰਿਆ, ਹਜ਼ਰਤ ਸਾਹਿਬ ਫਰਮਾਉਣ ਲੱਗੇ ਰਾਹ ਦੇ, ਸਾਡੇ ਕੋਲ ਟਾਈਮ ਕੋਈ ਨਹੀਂ ਬੋਲ ਬਣਾਉਣ ਦਾ। ਦਰਿਆ ਗਜਰਾਂ ਲੰਮਾ ਪੈ ਗਿਆ, ਉਹਨੇ ਕਿਹਾ ਲੰਘ ਜਾਓ ਜੀ, ਜਿਹਨਾਂ ਦਾ ਨਾਂ ਤੁਸੀਂ ਲਿਆ ਅਸੀਂ ਵੀ ਜਾਣਦੇ ਹੋ, ਲੰਘ ਜਾਓ। ਮੈਂ ਜਿਹੜਾ ਕਿਹਾ ਨਾ ਦਰਿਆ ਲੰਮਾ ਪੈ ਗਿਆ, ਇਹਦੀ ਦਲੀਲ ਮੈਂ ਤੁਸੀਂ ਕੋਲ, ਦਰਿਆ ਕਿਵੇਂ ਲੰਮਾ ਪੈ ਗਿਆ? ਸਾਹਬਾ ਕਹਿੰਦੇ ਨੇ ਦਰਿਆ ਦੀਆਂ ਜਿਹੜੀਆਂ ਲਹਿਰਾਂ ਸਨ ਨਾ, ਉਹ ਘੋੜੇ ਦੇ ਮੰਜਾ ਉਤੋਂ ਤੇ ਸਿਰ ਉਤੇ ਵਹਿ ਰਹੇ ਸੀ ਪਾਣੀ, ਲੇਕਿਨ ਘੋੜੇ ਦੇ ਪੈਰਾਂ ਦੇ ਖੁਰ ਵੀ ਗਿੱਲੇ ਨਾ ਹੋਏ। ਇਹ ਮੈਨੂੰ ਸਮਝਾ ਦੇ ਕੋਈ ਬੰਦਾ, ਪਾਣੀ ਇਤਨਾ ਤੂਫਾਨੀ ਹੋਵੇ ਤੇ ਸਾਹਬਾ ਕਹਿੰਦੇ ਨੇ ਅਸੀਂ ਜਾ ਰਹੇ ਸੀ ਬਾਦਸ਼ਾਹ ਤਖਤਾਂ ਉੱਤੇ ਬੈਠੇ ਹੋ, ਕੀ ਮੁਹੰਮਦ ਸੇ ਵਫਾਤੂ ਨੇ? ਯਹੂਦੋ ਨਸਾਰਾ ਨਾ ਯਾਰੀ ਲਾਣ ਨਾ ਫਰਿਸ਼ਤੇ ਨਹੀਂ ਆਉਂਦੇ, ਨਾ ਦਰਿਆ ਲੰਮੇ ਪੈਂਦੇ, ਨਾ ਸ਼ੇਰ ਹਜ਼ਰਤ ਸਫੀਨਾ ਜਦੋਂ ਸ਼ੇਰ ਹਮਲਾਵਰ ਹੋਇਆ ਫਰਮਾਇਆ ਬਲ ਹਾਰਿਸ ਅਨਾ ਮੌਲਾ ਰਸੂਲਿਲਾ, ਜਾਣਦਾ ਮੈਂ ਕੌਣ ਹਾਂ, ਮੈਂ ਮੁਹੰਮਦ ਅਰਬੀ ਦਾ ਗੁਲਾਮ ਹਾਂ। ਹੁਣ ਕਰ ਸ਼ੇਰ ਪੈਰਾਂ ਢਹਿ ਪਿਆ, ਉਹਨੇ ਕਿਹਾ ਜਨਾਬ ਅਸੀਂ ਵੀ ਜਾਣਦੇ, ਅਸੀਂ ਵੀ ਜਾਣਦੇ। ਜਦੋਂ ਹਜ਼ੂਰ ਦੇ ਦਾਮਨ ਛੋੜਿਆ ਤੇ ਹਰ ਤਰਫ ਰੋ ਰਹੇ, ਮੈਂ ਕਿਹਾ ਬਸ ਇੱਕੋ ਹੀ ਬਾਤ ਹੈ, ਫਿਰ ਕੇ ਗਲੀ ਗਲੀ ਤਬਾਹ ਠੋਕਰੇ ਸਭ ਕੀ ਖਾਏ, ਕਿਉਂ ਅਕਲ ਜੋ ਦਿਲ ਕੋ ਦੇ ਖੁਦਾ ਕੇ ਤੇਰੀ ਗਲੀ ਸੇ ਜਾਏ। ਆਜ ਉਮਤ ਮੁਸਲਿਮ ਅਗਰ ਉੱਪਰ ਜਾਣਾ ਚਾਹਤੀ ਹੈ ਤੋ ਲੱਬੈਕ ਕਾ ਨਾਰਾ ਲਗਾਏ। ਬਸ ਮੈਂ ਹੁਣ ਨਹੀਂ, ਮਤਲਬ ਹਰ ਗੱਲ ਨਾਰਾ ਲਾਓ, ਲੱਬੈਕ ਦਾ ਨਾਰਾ ਲਾਓ। ਇਸ ਵੇਲੇ ਪੂਰੀ ਦੁਨੀਆ ਕੁਫਰ ਪਰੇਸ਼ਾਨ ਹੈ ਕਿ ਇਹ ਸ਼ੇਰ ਕਿੱਥੋਂ ਮੁਹੰਮਦ ਅਰਬੀ ਦੇ ਜਾਗ ਪਏ, ਹਾਂਜੀ ਇਹ ਲੱਬੈਕ ਵਾਲੇ ਕਿੱਥੋਂ ਜਾਗ ਪਏ? ਮੈਂ ਤੁਹਾਨੂੰ ਸੱਚੀ ਗੱਲ ਦੱਸ ਰਿਹਾ, ਆਲਾ ਹਜ਼ਰਤ ਬਰੇਲੀ ਦੇ ਸ਼ਹਿਰ ਵਿੱਚ ਮੈਂ ਫੋਨ ਤੇ ਤਕਰੀਰ ਕੀਤੀ, ਮੁੰਡੇ ਕਹਿਣ ਲੱਗੇ ਆਲਾ ਹਜ਼ਰਤ ਬਰੇਲੀ ਦਾ ਔਰਸ ਆਇਆ ਤੇ ਅਸੀਂ ਚਾਦਰ ਲੈ ਕੇ ਆਪਣੇ ਮਹੱਲੇ ਚੋਂ ਚੱਲੇ, ਅੱਗੇ ਹਿੰਦੂਆਂ ਦਾ ਮਹੱਲਾ ਆਇਆ ਤੇ ਪੁਲਿਸ ਆ ਗਈ। ਉਹਨੇ ਕਿਹਾ ਮੁਸਲਿਓ, ਉਹ ਲੱਬੈਕ ਦਾ ਨਾਰਾ ਬੰਦ ਕਰੋ। ਉਹਨੇ ਕਿਹਾ ਕਿਉਂ? ਉਹਨੇ ਕਿਹਾ ਹਿੰਦੂ ਮਹੱਲੇ ਵਿੱਚੋਂ ਸਾਨੂੰ ਫੋਨ ਆਇਆ, ਜੇ ਮੁਸਲਿਆਂ ਨੇ ਇੰਜ ਲੱਬੈਕ ਦਾ ਨਾਰਾ ਲਾਇਆ ਸਾਡੇ ਮੰਦਰ ਦੇ ਪੈਣਗੇ। ਤੁਸੀਂ ਜਲਿਓ ਉੱਥੇ ਮੁਸਲਮਾਨ ਇਹ ਨਾਰਾ ਲਾਉਂਦੇ, ਤੁਸੀਂ ਇਹ ਨਾਰਾ ਇੱਥੇ ਲਾਓ, ਪਤਾ ਲੱਗੇ ਜਨਾਬ। ਹਾਂ ਸਾਰੇ ਬੋਲੋ ਲੱਬੈਕ। ਮੈਂ ਆ ਗਿਆ, ਲੇਕਿਨ ਇੱਕੋ ਮੇਰੀ ਫਰਯਾਦ ਜ਼ਰੂਰ ਹੈ, ਜਦੋਂ ਹਜ਼ੂਰ ਦੀ ਬਾਤ ਆਵੇ ਫਿਰ ਸਿਰ ਨਹੀਂ ਝੁਕਾਉਣਾ। ਹਾਂ ਫਿਰ ਬਚਾ ਪੁੱਛੂ ਕਿ ਕੋਈ ਸ਼ਾਇ ਨਹੀਂ ਰੱਖਣੀ। ਮੇਰੀ ਵਾਲਦਾ ਕਹਿੰਦੇ ਹੁੰਦੇ ਸਨ, ਪੁੱਤਰਾ ਹਲਾਲੀ ਦੀਆਂ ਸੰਦਾਂ ਤਾਂ ਕੋਈ ਨਹੀਂ ਮਿਲਦੀਆਂ, ਨਾ ਕਾਲਜ ਬਣੇ, ਲੇਕਿਨ ਹਲਾਲੀ ਆਪਣੀ ਆਦਤਾਂ ਤੋਂ ਪਹਿਚਾਣੇ। ਹੋਇਆ ਕੀ ਜੀ, ਮੁਮਤਾਜ਼ ਕਾਦਰੀ ਦੇ ਅਮਲ ਨਾਲ ਪੂਰਾ ਕੁਫਰ ਇੰਜ ਹਿਲਿਆ। ਕਾਜ਼ੀ ਤਨਵੀਰ ਅਹਿਮਦ ਕਾਦਰੀ ਸਕਾਟਲੈਂਡ ਜੇਲ੍ਹ ਵਿੱਚ, ਪੂਰਾ ਯੂਰਪ ਹਿਲਿਆ। ਉਹਨੇ ਜਨਾਬ ਨਿਸ਼ਤਰ ਪਾਰਕ ਕਰਾਚੀ 10 ਮਿੰਟ ਤਕਰੀਰ ਕੀਤੀ ਫੋਨ ਉੱਤੇ, ਰਿਕਾਰਡ ਕੀਤਾ ਸੀ ਕਾਜ਼ੀ ਤਨਵੀਰ ਦੀ। 3 ਮਹੀਨੇ ਦੀ ਉਹਨਾਂ ਅਲੈਦਾ ਉਹਨੂੰ ਕੈਦੇ ਤਨਾਈ ਦੇ ਦਿੱਤੀ। ਹੁਣ ਉਹਦਾ ਮਤਲਬ ਫੋਨ ਤੇ ਸਾਡੇ ਨਾਲ ਗੱਲ ਨਹੀਂ ਕਰ ਸਕਦਾ, ਉਹਦੇ ਕੁਰਾਨ ਵੀ ਉਦੋਂ ਖਸ ਲਿਆ ਨੇ। ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ, ਸਾਡਾ ਮੁੰਡਾ 27 ਸਾਲ ਸੋ ਕੈਦ ਸੁਣ ਕੇ ਚੀਖਿਆ ਨਹੀਂ ਤੇ ਯੂਰਪ 10 ਮਿੰਟ ਉਹਦੀ ਗੱਲ ਨਾ ਬਰਦਾਸ਼ਤ ਕਰ ਸਕਦਾ। ਹਾਂਜੀ, ਕਾਜ਼ੀ ਤਨਵੀਰ ਖੁਦ ਮੈਨੂੰ ਫੋਨ ਤੇ ਦੱਸਿਆ, ਜਦੋਂ ਮੈਨੂੰ ਸਜ਼ਾ ਸੁਣਾਉਣ ਲੱਗੀ ਨਾ ਅੰਗਰੇਜ਼ ਜੱਜ ਔਰਤ, ਤੇ ਮੈਂ ਸਾਹਮਣੇ ਵਾਲੇ ਬਟਨ ਖੋਲ ਦਿੱਤੇ ਤੇ ਮੈਂ ਕਵਾਂ ਸਦਕੇ ਲੱਭੈ। ਉਹਨਾਂ ਬਾਹਰ ਪੁਲਿਸ ਬੁਲਾ ਲਈ, ਉਹਨੇ ਕਿਹਾ ਮੁੰਡਾ ਸਾਡੇ ਜੱਜ ਨੂੰ ਗਾਲਾਂ ਕੱਢਦਾ। ਉਹਨੇ ਕਿਹਾ ਤੂੰ ਕੀ ਗਾਲਾਂ? ਉਹਨੇ ਗਾਲਾਂ, ਉਹਨੇ ਕਿਹਾ ਚੱਲੇ ਹੋਏ ਹੋ, ਮੈਂ ਗਾਲਾਂ ਨਹੀਂ ਕੱਢਦਾ। ਉਹਨੇ ਕਿਹਾ ਕੀ ਕਹਿਣਾ? ਉਹਨੇ ਕਿਹਾ ਮੈਂ ਗਰੇਬਾਨ ਖੋਲ ਕੇ ਇਹਨੂੰ ਦੱਸ ਰਿਹਾ, ਚੱਲੀਏ 27 ਸਾਲ ਨਹੀਂ 27,000 ਸਾਲ ਵੀ ਸੁਣਾ, ਫਿਰ ਵੀ ਮੈਂ ਆਪਣੇ ਨਬੀ ਉੱਤੇ ਕੁਰਬਾਨ। ਲੱਭੈ 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 ਯਾ ਰਸੂਲ ਅੱਲਾਹ ਲੱਭੈ।